ਭਾਜੀ ਦੱਸਦੇ ਸਿੰਘ ਜੀ ਕਾਲੇ ਘਨਪੁਰ ਜੀ ਇੱਥੋਂ ਸੇਵਾ ਤੇ ਗਏ ਹਾਂ ਭਾਜੀ ਬਾਬਾ ਦਰਸ਼ਨ ਸਿੰਘ ਦੇ ਸੇਵਾ ਇੱਥੋਂ ਗੁਰੂ ਘਰ ਦੀ ਬਾਬਾ ਦਰਸ਼ਨ ਸਿੰਘ ਦੀ ਕੁੱਲੀ ਵਾਲਿਆਂ ਦੇ ਅਤੇ ਉਹ ਫਿਰ ਉੱਥੇ ਗਏ ਤਾਰਾਂ ਗਾੜੀ ਨੀਵੀਆਂ ਸੀ ਉਹ ਲੱਗ ਗਈਆਂ ਸਾਰੇ ਮੁੰਡਿਆਂ ਨੂੰ 20-25 ਮੁੰਡੇ ਸਾਰੇ ਜ਼ਖਮੀ ਹੋ ਗਏ ਇੱਥੇ ਵਡਾਲਾ ਹੈ ਹਾਂਜੀ ਬਾਲਣ ਦੀ ਪਾਥੀਆਂ ਸੇਵਾ ਹਾਂਜੀ ਸਲਾਨਾ ਸੇਵਾ ਚੱਲਦੀ 18-19 ਸਾਲ ਤੁਹਾਨੂੰ ਹੋ ਗਿਆ ਜੀ ਬਾਕੀ ਪਹਿਲਾਂ ਦੀ ਚੱਲਦੀ ਹੈ ਪੁਰਾਣੀ ਚੱਲਦੀ ਸੇਵਾ 30 ਸਾਲ ਹੋ ਗਏ ਕਿੰਨੇ ਦਾ ਵਾਕਿਆ ਸੀ ਤੇ ਕੰਮ ਨਹੀਂ ਕਰ ਰਿਹਾ ਇਹ ਭਾਜੀ ਪੌਣੇ ਕਿ 12 ਵਜੇ ਦਾ ਟਾਈਮ 12 ਕੁ ਵਜੇ ਬਾਜੀ ਗਏ ਸੀ ਉੱਥੇ ਸਾਰੇ ਉਹਨਾਂ ਮੁੰਡੇ ਇਕੱਠੇ ਇਕੱਠੇ ਕਰਦੇ ਡਿੱਗੇ ਜਿਹੜੇ ਸਾਰੇ ਮੁੰਡੇ ਤੁਸੀਂ ਮੌਕੇ ਤੇ ਸੀ ਕੀ ਹਾਲ ਕੀ ਹੋਇਆ ਮੌਕੇ ਤੇ ਭਾਜੀ ਉੱਤੇ ਹੀ ਸਾਰੇ ਇਦਾਂ ਬੈਠੇ ਸੇਵਾ ਕਰਕੇ ਵਾਪਸ ਆ ਰਹੇ ਸੀ ਤੇ ਉਹ ਅਚਾਨਕ ਬਿਜਲੀ ਸ਼ਾਰਟ ਹੋ ਗਿਆ ਤੇ ਉਹ ਲੱਗ ਗਿਆ ਕਰੰਟ ਤਾਰਾਂ ਬਹੁਤ ਡਾਊਨ ਸੀ ਥੱਲੇ ਕਿੰਨੇ ਜਣੇ ਇੰਜਰ ਹੋਏ ਜਾਣੇ ਭਾਜੀ 25-30 ਜਣੇ ਹੈਗੇ ਸੀ ਹਾਂਜੀ ਮੌਤ ਕਿਹਦੀ ਹੋਈ ਮੌਤ ਸਾਡਾ ਬ੍ਰਦਰ ਹੀ ਵੱਡਾ ਹੁੰਦੀ ਹੋ ਗਈ ਕਰਨੈਲ ਸਿੰਘ 48 ਸਾਲ ਦੀ ਹੋ ਗਈ 50 ਮੰਗ ਭਾਜੀ ਅਸੀਂ ਤੇ ਗੁਰੂ ਘਰ ਦੇ ਕੰਮ ਲਈ ਗਏ ਹਾਂ ਮੰਗ ਤੁਹਾਨੂੰ ਪਤਾ ਬੜਾ ਧੱਕਾ ਹੋ ਗਿਆ ਬੱਚੇ ਛੋਟੇ ਉਹਨਾਂ ਵਿਚਾਰੇ ਵੀ ਨਿੱਕੋ ਬੇਟਾ ਇੱਕ ਗੁੱਡੀ ਆ ਮੇਜਰ ਸਿੰਘ ਭਤੀਜਾ ਜੀ ਮੇਰਾ ਕਰਨੈਲ ਸਿੰਘ ਉੱਥੇ ਗੁਰਦੁਆਰਾ ਸਾਹਿਬ ਉਹਨਾਂ ਲੰਗਰ ਬਣਾਇਆ ਸੀ ਅਤੇ ਸ਼ਗਨ ਚੱਲੇ ਸੀ ਟਰਾਲੀ ਲੱਦ ਲਈ ਸੀ ਪਾਥੀਆਂ ਦੀ ਅਤੇ ਉੱਤੇ ਤਾਰਾਂ ਜਾਣ ਦੀਆਂ ਨਾਲ ਲੱਗ ਗਈਆਂ ਟਰਾਲੀ ਤਾਰਾਂ ਨੀਵੀਆਂ ਇਹ ਵਡਾਲਾ ਪਿੰਡ ਦੀ ਬਾਬਾ ਜੀ ਕੁੱਲੀ ਵਾਲਿਆਂ ਦੀ ਗਏ ਹਰ ਸਾਲ ਜਾਂਦੇ 60 ਸਾਲ ਹੋ ਜਾਂਦੇ ਸਾਡੇ ਵੱਡੇ ਬਜ਼ੁਰਗ ਜਾਂਦੇ ਰਹੇ ਪਹਿਲਾਂ ਪੁਰਾਣੀ ਸੇਵਾ ਸੀ ਕੋਈ ਇਹੋ ਜਿਹੀ ਗੱਲ ਨਹੀਂ ਕਿੰਨੇ ਕੁ ਬੰਦਿਆਂ ਨੂੰ ਸੱਟਾਂ ਲੱਗੀਆਂ ਸੱਠਾਂ ਦੇ 13-14 ਮਰੀਜ਼ ਜ਼ਿਆਦਾ ਸੀਰੀਅਸ ਸੀ ਬਾਕੀ 32-32 ਸਾਰਿਆਂ ਨੂੰ ਪਈ ਜਿੰਨੇ ਜਾਣੇ ਹਾਂ ਆਪਾਂ ਸਾਰੇ ਇੱਕੋ ਪਰਿਵਾਰ ਸਾਰਾ ਇੱਕੋ ਪਰਿਵਾਰ ਉਹ 11,000 ਬੁਲਟ ਹੈਗੀ ਹਾਂਜੀ ਇਹ ਆਪਣਾ ਬੇਟਾ ਆ ਭਤੀਜਾ ਸਾਡਾ ਕਰਨੈਲ ਸਿੰਘ ਹਾਂਜੀ 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 ਉੱਤੇ ਬੈਠੇ ਸੀ ਮੇਰਾ ਬੇਟਾ ਵੀ ਨਾਲ ਇਹਦੇ ਬੈਠਾ ਸੀ ਉਹਨੂੰ ਵੀ ਬੱਤੀ ਬਹੁਤ ਜ਼ਿਆਦਾ ਪਈ ਇਹਨਾਂ ਨੂੰ ਅਸੀਂ ਮਿੱਟੀ ਦੱਬਿਆ ਉੱਥੇ ਪੈਲੀ 'ਚ ਨਹੀਂ ਅਸੀਂ ਉੱਥੇ ਹਸਪਤਾਲ ਖੜਿਆ ਜਦੋਂ ਪਹਿਲੇ ਹੀ ਖੜਿਆ ਉਹ ਕਹਿੰਦੇ ਵੀ ਇਹਨਾਂ ਦੀ ਡੈਥ ਹੋ ਗਈ ਫਿਰ ਦੂਜੇ ਖੜਿਆ ਤੀਜੇ ਖੜਿਆ ਚੌਂ ਹਸਪਤਾਲਾਂ ਹੀ ਖੜਿਆ ਫਿਰ ਲਿਆ ਕੇ ਮਿੱਟੀ ਨੱਬਿਆ ਇੱਥੇ ਵੀ ਸ਼ਾਇਦ ਵਾਪਸ ਆ ਜੇ ਉਹ ਇੱਕ ਬੇਟੀ ਬੇਟਾ ਅਤੇ ਉਹਨਾਂ ਦਾ ਕਰਦੇ ਨੇ ਛੋਟੇ ਜਿਹੇ ਬੱਚੇ 15-16 ਸਾਲ ਦਾ ਲੜਕਾ ਹੈ 18-19 ਸਾਲ ਦੀ ਬੇਟੀ ਇਹੋ ਜੀ ਹੋਰ ਨਹੀਂ ਹੈਗਾ ਕੋਈ ਘਰੋਂ ਵੱਖਰਾ ਆ ਕੋਈ ਸਹਾਰਾ ਨਹੀਂ ਹੈਗਾ ਕਿਸੇ ਗੱਲ ਦਾ ਹੁਣ ਸਰਕਾਰ ਵੱਲੋਂ ਕੋਈ ਸਹਾਰਾ ਦਿੱਤੀ ਜਾਵੇ ਤਾਂ ਚਲੋ ਤੁਹਾਡਾ ਧੰਨਵਾਦ ਹੈ ਬਖਸ਼ੀਸ਼ ਸਿੰਘ ਇੱਕ ਡੇਢ ਵਜੇ ਦੀ ਗੱਲ ਹੈ ਹਾਂਜੀ ਉੱਥੇ 32 ਤਾਰਾਂ ਨੀਵੀਆਂ ਸੀ ਉੱਤੇ ਸਾਰੇ ਚੜੇ
पार लंघनी छौनी वाल छौनी वाल पैली आउंदी बत्ती बंबी वाली उसे गुरु घर की सेवा कर गए सारे हर साल जाने 28-29 साल हो गए ना सूए सूए जान डे तार जी वो तार पैली सीधी बार छौनी बनती तार तार थले चार बदियां तार सीधी चार बदियां ही ना जितना हेठ लमक लिए लमकना तो थले तार ना लगे सारे ट्राली पाथियां लदियां ही। हाँ जी नहीं अं सारे के परिवार के हाँ दो बाबा मेरा दादा तो इन्हें दादा जो एक ही है तो होर उतों के बंद चार पाँच अठ सह है तो सारा परिवार सुरक्षित बत्ती मेरे घर 10-12 बंद पई होनी बत्ती इस तरह पी ना बत्ती वो बत्ती जो झटका वजा उदों वो तारों तार लथ गई जो चार तार कट्ठी उदों बत्ती झटका पाया इन्हों तो मुड़के फिर नहीं पिया फिर मुड़के ट्रैक्टर ने चार नहीं मैं थोड़ा माड़ा मोटा सूई जिन्ना पाया सू फिर उन्होंने ड्राइवर को पता लगा बोला ट्रैक्टर मैं ट्रैक्टर से हाँ ये ट्राली सारे। हाँ जी अं चार जने ट्रैक्टर बैठे एक मैं एक मुंडे का ताया वाला वो ट्रैक्टर बारहों आए सेवा लेके आया ही इतने जो आता चलो मैं भी एक फेरा ला लिया मगर कमा ही है मुंडा मुंडा जी छोटा ही है आहो कुड़ी भी छोटी है मुंडा भी छोटा है। हाँ जी सरकार वालों तुम हम घर कृपा साढ़े कर दोगे तो फिर बहुत वही गल आ धन्यवाद आता बाबे कुली वाले का अं हर साल जारे एक दिन वो तारे बड़े खुशी ना जाते हैं मैं तुर नहीं सकता तो मैं पिंड वाले सद भी जरूर आवे गुरविंदर सिंह ना पिंड काले घंकर पाथियां की सेवा के वीर जी गए वह वीर जरा इदा आया वो सारे 5:30 बजे उन्हें ठाया जी कले कले घर जा के फिर सारे कट्ठे करके डेरे गए उदा ही अपनी गड्डी घरों खड़ते सेवा जाइए। हाँ जी बाबा दर्शन सिंह जी कुली वाले वडाले पिटे वड वडाला एक बजे का टाइम वाकई पाथियां ट्राली भरी उत्ते बैठे अं पिटले प्रशादा छकन आंदे प्रशादा छक गई उदा पाथियां भरन लगे आंदे नहीं पहला फुलका छक गई मुड़के नहीं पता भाजी उन्हें सानू कि उतों लाया मैनू तो हॉस्पिटल जाके पता लगा भी मैनू बत्ती बह गई मैनू पहला नहीं पता लगा 5-6 जने हॉस्पिटल गए हाँ बाकी जो इतने पता नहीं वो वीर तो इतने इदा हो ट्राली तो 20-25 जने। हाँ जी पता नहीं भाजी मैनू मौके तो ही कदों आई अं तो आप भी होश उदो सू आप मिट्टी मुट्टी जहाँ दबिया यह दादे नहीं पता कुछ है गल। हाँ जी।